ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਅੱਜ ਦੀ ਵੀਡੀਓ 'ਚ। ਤੁਸੀਂ ਪਹੁੰਚ ਗਏ ਖੇਤ 'ਚ, ਲੱਗੀਆਂ ਚਾਲੂ ਕਰਨ ਅਤੇ ਕੱਲ੍ਹ ਵਿਚਾਲੇ ਰਹਿ ਗਿਆ ਥੋੜ੍ਹਾ ਜਿਹਾ। ਆਹ ਤਾਂ ਬਾਈ ਆਹ ਰਹਿ ਗਿਆ ਤਾਂ ਵਿਚਾਲੇ, ਇੱਧਰ ਵਾਲਾ ਤਾਂ ਵੱਢਿਆ ਗਿਆ ਜੀ, ਬਾਕੀ ਹੁਣ ਆਹ ਸ਼ੁਰੂ ਕਰਨ ਲੱਗੇ ਹਾਂ ਬਸ। ਚਲੋ ਮਿਲਦੇ ਹਾਂ ਚਾਲੂ ਕਰਕੇ। ਇੱਧਰ ਵੀ ਸਾਰਾ ਹੋਏ ਗਿਆ ਸਫਾਇਆ ਜਿਹਾ, ਬਸ ਇੱਧਰ ਲੱਗਾ ਪਿਆ ਕੰਮ। ਮਸ਼ੀਨਾਂ ਕੱਲ੍ਹ ਬਹੁਤ ਚੱਲਦੀਆਂ ਤੀਆਂ, ਬਾਏ ਤਾਂ ਏਰੀਆ ਸਫਾਇਆ ਹੋਇਆ ਹੀ ਲਓ। ਚਲੋ ਮਿਲਦੇ ਹਾਂ। ਲਓ ਜੀ ਕਰਤੀ ਮਸ਼ੀਨ ਸਟਾਰਟ, ਆਪਣੇ ਰਾਜੂ ਚਾਚਾ ਚਲਾਉਂਦਾ ਪਿਆ ਮਸ਼ੀਨ। ਝੋਨਾ ਸਾਰਾ ਡਿੱਗਿਆ ਹੋਇਆ, ਸਾਰਾ ਭਾਰਾ ਝੋਨਾ ਪੂਰਾ। ਰਾਜੂ ਜੀ ਝੋਨਾ ਪੂਰਾ ਵਿਛਿਆ ਹੋਇਆ ਜੀ, ਥੱਲੇ ਲੰਮਾ ਜਿਹਾ ਪੂਰਾ ਟੈਂਕ ਭਰ ਗਿਆ। ਟਰਾਲੀ ਵਾਲੇ ਟਰਾਲੀ ਲੈ ਕੇ ਆਉਣਗੇ ਹੁਣ ਇੱਧਰ। ਲਓ ਜੀ ਆ ਗਈ ਟਰਾਲੀ, ਕੱਢਤੇ ਦਾਣੇ। ਲਓ ਜੀ ਕੱਢਤੇ ਦਾਣੇ, ਉੱਪਰ ਇੱਕ ਬੰਦਾ ਛੱਡੀ ਦਾ ਟੈਂਕ ਪੱਧਰ ਕਰਨ ਵਾਸਤੇ, ਪੂਰਾ ਟੈਂਕ ਭਰਨ ਵਾਸਤੇ। ਬਾਈ 4x4 ਟਰੈਕਟਰ, ਕੀ ਹਾਲ ਹੈ ਬਾਈ, ਕੀ ਹਾਲ ਹੈ? ਵਧੀਆ ਹੈ। ਹੋਰ ਗਾੜੀ ਵਧੀਆ ਚੱਲ ਰਹੀ ਹੈ? ਬਾਕੀ ਬੰਦਾ ਉਹ ਉੱਪਰ ਬੈਠਾ ਟੈਂਕ ਪੱਧਰ ਕਰਨ ਵਾਸਤੇ। ਮਸ਼ੀਨ ਵਧੀਆ ਚੱਲਦੀ ਪੂਰੀ ਐਨ। ਲਓ ਜੀ ਚੱਲਦੀ ਵੀ ਆਪਣੀ ਮਸ਼ੀਨ, ਰਾਜੂ ਹੋਰ ਮੈਂ ਜੀ ਚਲਾਉਂਦੇ ਵੀ ਨੇ ਮਸ਼ੀਨ। ਰੋਟੀ
ਰੋਟੀ ਦਾ ਟਾਈਮ ਹੋ ਗਿਆ ਹੁਣ ਰਾਜੋ ਦੇ ਚਾਰਾਂਗੇ ਥੱਲੇ ਰੋਟੀ ਪਾਣੀ ਖਾ ਲਏਗਾ ਬੰਦਾ ਚੱਲ ਗਿਆ ਉੱਪਰ ਟੈਂਕ ਪੱਧਰਾ ਕਰਨ ਵਾਸਤੇ ਲਓ ਜੀ ਲਾਤੀ ਚਾਰ ਕਿੱਲਿਆਂ ਦੇ ਪਲਾਟ 'ਚ ਮਸ਼ੀਨ ਮੈਂ ਰਾਜੂ ਹੋਰ ਵੀ ਚਲਾਉਂਦੇ ਮਸ਼ੀਨ ਵਿੱਚ ਲੱਗੇ ਵਿੱਚ ਭਾਰੇ ਧਾਨ ਇੱਧਰ ਵੀ ਕੋਈ ਨੁਕਸਾਨ ਨਹੀਂ ਰਾਜਪਤੀ ਭਾਰੀ ਪੂਰੀ ਹਾਂਜੀ ਭਈਆ ਕਿਆ ਹਾਲ ਹੈ ਬੜੀਆ ਹੋਰ ਠੀਕ ਠਾਕ ਜੀ ਭਈਆ ਕਿਆ ਹਾਲ ਹੈ ਠੀਕ ਹੈ ਠੀਕ ਹੈ ਕਿਆ ਕਰ ਰਹੇ ਹੋ ਗਾੜੀ ਕੇ ਪਿੱਛੇ ਠੀਕ ਹੈ ਕਾਟ ਦਿਓ ਕਾਟ ਦਿਓ ਹੋਰ ਸਾਹਿਬ ਬੜੀਆ ਮਸ਼ੀਨ ਬੜੀਆ ਚੱਲ ਰਹੀ ਹੈ ਠੀਕ ਹੈ ਹੋਰ ਬਾਈ ਜੀ ਧਾਨ ਵਿੱਚ ਭਾਰੇ ਨੇ ਵਿੱਚ ਝਲਕੇ ਨੇ ਬੰਦੇ ਛੱਡੇ ਦੋ ਨਾਲ ਸਾਈਡਾਂ ਕੱਟਣ ਵਾਲੇ ਤਾਂ ਇੱਕ ਮਸ਼ੀਨ ਉਹ ਚੱਲਦੀ ਉੱਧਰ ਅਤੇ ਇੱਕ ਆਪਣੀ ਇੱਧਰ ਲੱਗੀ ਉਹ ਪਰੇ ਚੱਲਦੀ ਤਾਂ ਇੱਕ ਇੱਧਰ ਚੱਲਦੀ ਹੈ ਬਾਕੀ ਤੁਹਾਨੂੰ ਮਿਲਾਉਣਾ ਫੋਰਮੈਨ ਨਾਲ ਮੈਂ ਬਾਕੀ ਚਾਰ ਕਿੱਲੇ ਨਹੀਂ ਲਾਤੀ ਮਸ਼ੀਨ ਕੀ ਹੈ ਫੋਰਮੈਨ ਨਾਲ ਗੱਲ ਕਰਾਂ ਮੈਂ ਕੀ ਫੋਰਮੈਨ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਚੱਲ ਰਹੀ ਹੈ ਜੀ ਮਸ਼ੀਨ ਠੀਕ ਆ ਵਧੀਆ ਤੰਦਰੁਸਤੀ ਹੈ ਬਾਬੇ ਨਾਨਕ ਦੀ ਉੱਧਰ ਗੇਰ ਦਿਖਾ ਦੇ ਗੇਰ ਚੱਲਦੀ ਹੈ ਹਾਂਜੀ ਹਾਂਜੀ
ਹਾਂ ਕਾਟ ਦੇਗੇ ਕਾਟ ਦੇਗੇ ਇਸਕੋ ਠੀਕ ਹੈ ਲਓ ਜੀ ਲੰਕਾ ਚਾਲ ਕਿੰਨਾ ਦਾ ਖੱਟ ਵੀ ਠੀਕ ਆ ਠੀਕ ਆ ਜੀ ਦੇਖਦੇ ਹਾਂ 7 ਵਜੇ ਦਾ ਪਤਾ ਚਲਾ ਲਵਾਂਗੇ ਲਓ ਜੀ ਭਰ ਗਿਆ ਦੂਜਾ ਟੈਂਕ ਚੜਿਆ ਮੱਛਰ ਤਾਂ ਡਰਦਾ ਥੱਲੇ ਕਹਿੰਦਾ ਫਿਰ ਮੈਨੂੰ ਮੱਛਰ ਬਹੁਤ ਲੜਦਾ ਹੈ ਮੱਛਰ ਹੈਗਾ ਵੀ ਬਹੁਤ ਵੱਜ ਗਿਆ ਮੋਟਾ ਮੋਟਾ ਮੱਖੀਆਂ ਵਰਗਾ ਥਾ ਯਾਰ ਆਉਣਾ ਯਾਰ ਟਾਈਮ
ਨੁਕਸਾਨ ਤਾਂ ਬਾਈ ਕੋਈ ਨਹੀਂ ਵੈਸੇ, ਠੀਕ ਆ ਚੱਲੀ ਜਾਂਦੀ ਆ, ਥੋੜ੍ਹੀ ਜਿਹੀ ਸਲੋਅ ਤਾਂ ਚਲਾਉਣੀ ਪੈਂਦੀ ਆ, ਨੁਕਸਾਨ ਕੋਈ ਨਹੀਂ। ਵਧੀਆ ਹਨੇਰੇ ਤੱਕ ਚਲਾਈ ਜਾਂਦੇ ਹਾਂ, ਹਲੇ ਵੀ 7:30 ਵੱਜ ਗਏ ਸਰ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮਿਲਾਂਗੇ ਅਗਲੀ ਵੀਡੀਓ 'ਚ।